किस्मत के खेल निराले मेरे भैया, किस्मत का लिखा कौन टाले मेरे भैया, किस्मत के खेल निराले में। वाह जी वाह, माशाल्लाह जी, चढ़ गया दिन हैं? की टाइम हो गया वा, पौने चार हो गए, एक बजे का टाइम ही दफ्तर का। शैतान नु याद कीता। वाह मिठे, बड़ी उम्र है तेरी। शैतान गई जाना। अरे एसी नहीं चलाया, गर्मी ही देखो किन्नी गर्मी हो गई यार। भाई अमाला नाल ही ठंड पैनी है, जिंदगी मौत का कोई पता नहीं यार। मजदूर का पसीना सुखन तो पहला कुत्ते वांगू नहीं पौंदा। सियाने भी कहते ऊंठा ना यारी लाओ ना ते एवें किसे ने नसीहता नहीं करी दी हुंदी। आह कड़ी मिसाल सी ओ हैं ते ओ कड़ी मिसाल सी। अच्छा यार छड़ यार, मैं ना ताडे आन तो पहले ना एक गल सोचण डया सीगा। मैं तैनू कहया सी ना कुछ सोचण डया। ओ यार मैं ताडे आन तो पहले सोचण डया सीगा यार। ओ यार इहदे ते लाण तो पे तो दस की सोचण डया सी। यार मैं सोचण डया सीगा के आपां इत्थे ते कम करदे ही आ, लख लानत मिठे तेरे ते यार। फरीद लानताना दो कर। मैं तुहानू मशवरा देने लगा, तुसी सरकार लानता पाई जाण दे मेरे ते। तू ते मेरे ना कन्न ही शार्ट कर दे। यार मैं ये सोचा सी आपां लाल मिर्चा दा काम शुरू करदे आं। अच्छा वो किदां? यार घोड़िया की फक नहीं होंदी, आहो वो फक लैके ना उहनू पीस के उत्ते लाल रंग पा के उहनू मिर्चा नू मिक्स करके मिर्चा बना के बेचदे आं। हां आपां ना इस काम दे विच अनफक मेहनत करने आं। अपनी फक फक बंद रखो, धोखा आवाम नाल धोखा करना शर्म नहीं आती। हलाल कमाई हो यार। मैं तुम्हें एक काम दसा भाजी, पैसा ही पैसा यार, जेड़े पोल्ट्री फार्म नहीं होंदे मुर्गियां दे, उन्हां दे मालका नाल गल करके आपां मरियां मुर्गियां लईए, उन्हां दा गोश्त बना के ना अब बर्गर ते शवरमे वाले दिंदे। है ते हराम ही है ना यार, जेड़ी हलाल मुर्गी है ओही हलाल आ। लोकां ने यार धोखा करांगे की मुंह खाणा उत्ते जाके यार। ओ भावें मुर्गी मरी है यार, असी तकबीर फेर के हलाल कर लिया करांगे। अस्तगफुरुल्लाह यार, लाओ यार अल्लाह माफ कर दी इन्हां नूं। मैनूं कसम वाली गल है, अज धोखा हो डिया के यार, तुसी मेरे दोस्त हैगे, मैं अपने जमीर अगे डिगया यार। निजाम कर लेने लीटर करके कित भी बेच देना। हाँ, ना यार दिमाग ना खराब करो यार। चलो यार कोई चज का आइडिया दसो यार। ले यार फिर मैं दसदा ही, आप लकड़ी लैके ना लकड़ी कुट के सुपारी बना के पान वाले नूं बेचदे आं।
ਉਹ ਨਹੀਂ ਉਹ ਭਾਈ ਕੁਝ ਅੱਜ ਦਾ ਕੰਮ ਹੈ ਲੈ ਲੈ ਠੀਕ ਨਹੀਂ ਤੇ ਮੈਂ ਮਸ਼ਵਰਾ ਕਿਸੇ ਹੋਰ ਕੋਲ ਲੈ ਲੈਣਾ ਠੀਕ ਆ ਭਾਈ ਫਿਰ ਤੂੰ ਆਪਣਾ ਲਿਆਦਾ ਕਰ ਲੈ ਅਸੀਂ ਆਪਣਾ ਲਿਆਦਾ ਕਰ ਲੈਨੇ ਉਹ ਯਾਰ ਤੁਸੀਂ ਕਿਉਂ ਨਹੀਂ ਸਮਝਦੇ ਯਾਰ ਓਏ ਇੱਕ ਕੰਮ ਕਰ ਲਈਏ ਹਾਂ ਪੰਜਾਬੀ ਟੋਪੀਆਂ ਬਣਾ ਕੇ ਨਾ ਸਿੰਧੀ ਕਹਿ ਕੇ ਵੇਚਨੇ ਆ ਰੱਖ ਇੱਥੇ ਹਾਂ ਉਹ ਤੁਹਾਡੇ ਦਿਮਾਗ 'ਚ ਕੋਈ ਹਲਾਲ ਦਾ ਕੰਮ ਨਹੀਂ ਆਣ ਡਿਆ ਹਰਾਮ ਦਿਓ ਅੱਛਾ ਭਾਈ ਤੂੰ ਦੱਸ ਦੇ ਜਿਹੜਾ ਤੈਨੂੰ ਚੰਗਾ ਲੱਗਦਾ ਤੂੰ ਦੱਸ ਦੇ ਭਾਈ ਗੱਲ ਹੈ ਵਾ ਕਿ ਆਪਾਂ ਨਾ ਆਪਾਂ ਨਾ ਦੁੱਧ ਦਾ ਕੰਮ ਕਰਦੇ ਹਾਂ ਹਾਂ ਯਾਰ ਆਹ ਕੰਮ ਸਹੀ ਆ ਖਾਲਸ ਦੁੱਧ ਵੇਚਾਂਗੇ ਸਹੀ ਨਹੀਂ ਕਿਹਨੇ ਕਿਹਾ ਯਾਰ ਤੂੰ ਆਪੇ ਹੀ ਕਿਹਾ ਵਾ ਖਾਲਸ ਕਿਹਨੇ ਕਿਹਾ ਤੂੰ ਆਪੇ ਕਿਹਾ ਨਹੀਂ ਹੁਣੇ ਖਾਲਸ ਤਾਂ ਕਿਹਨੇ ਕਿਹਾ ਮੈਂ ਸਿਰਫ ਦੁੱਧ ਦਾ ਕਿਹਾ ਓਏ ਇਹਦਾ ਮਤਲਬ ਆ ਇਹਨੇ ਦੁੱਧ 'ਚ ਪਾਣੀ ਪਾਉਣਾ ਹੀ ਓਏ ਕਿਸ ਕੰਜਰ ਨੇ ਦੁੱਧ 'ਚ ਪਾਣੀ ਪਾਣਾ ਫਿਰ ਮੈਂ ਪਾਣੀ 'ਚ ਦੁੱਧ ਪਾਣਾ ਬੱਲੇ ਬੱਲੇ ਰੂਹ ਰਾਜ਼ੀ ਕਰਤਾ ਈ ਓਏ ਬਗੈਰਤਾ ਹਲਾਲ ਹੀ ਲਗਾ ਹੁਣ ਕਿੱਥੇ ਮੂੰਹ ਵਿਖਾਉਣਾ ਜੇ ਅੱਗੇ ਹੁਣ ਬੱਚਿਆਂ ਦੀ ਫਿਕਰ ਨਹੀਂ ਹੈ ਹੁਣ ਕਬਰ 'ਚ ਨਹੀਂ ਜਾਣਾ ਹੁਣ ਬਿੱਛੂ ਨਹੀਂ ਬਣਨੇ ਮੈਂ ਹਿਸਾਬ ਲਾਇਆ ਤੁਸੀਂ ਮੈਨੂੰ ਸਮਝ ਨਹੀਂ ਸਕਦੇ ਆਹ ਵੀ ਤੂੰ ਰਿਆਸੀ ਆ ਓ ਭਾਈ ਜੀ ਮੈਂ ਦੁੱਧ 'ਚ ਪਾਣੀ ਮਿਲਾਵਟ ਵਾਸਤੇ ਨਹੀਂ ਪਾਣਾ ਨਾ ਮੈਂ ਕਮਾਈ ਕਰਨੀ ਆ ਤੇ ਫੇਰ ਕੱਤ ਪਾਉਣਾ ਓ ਯਾਰ ਪਾਗਲਾ ਉਹਨੇ ਇਸ ਤੋਂ ਦੁੱਧ 'ਚ ਪਾਣੀ ਪਾਉਣਾ ਕਿ ਦੁੱਧ ਜ਼ਿਆਦਾ ਹੋ ਜਾਵੇ ਓ ਯਾਰ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਪਏ ਡਾਕਟਰ ਕੀ ਕਹਿੰਦੇ ਆ ਕੀ ਕਹਿੰਦੇ ਕਿ ਪਾਣੀ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ ਅਸੀਂ ਪੀਂਦੇ ਆ ਤੁਸੀਂ ਪੀਂਦੇ ਹੋ ਨਹੀਂ ਮੈਂ ਸਿਰਫ ਬਹਾਨੇ ਨਾਲ ਆਮ ਨੂੰ ਪਾਣੀ ਪਿਲਾਣਾ ਯਾਰ ਭਲਾ ਕਰਨਾ ਸਿੱਖੋ ਯਾਰ ਹਾਂ ਮਿੱਠੇ ਸਹੀ ਆ ਆਹੋ ਭਾਈ ਨੇਕੀ ਦੀ ਨੇਕੀ ਤੇ ਗਨਾਹ ਦਾ ਗਨਾਹ ਓ ਯਾਰ ਸਾਰੀਆਂ ਗੱਲਾਂ ਛੱਡੋ ਹੁਣ ਤੁਸੀਂ ਦੱਸੋ ਕੀ ਪ੍ਰੋਗਰਾਮ ਹੈ ਪ੍ਰੋਗਰਾਮ ਓਕੇ ਆ ਕਰਦੇ ਆ ਸ਼ੁਰੂ ਚਲੋ ਪੜੋ ਬਿਸਮਿਲ੍ਲਾ ਨਿਕਲੀਏ ਲਓ ਜੀ ਫਿਰ ਓਕੇ ਹੋ ਗਿਆ ਹਾਂ ਪਤੀਲਾ ਮੈਂ ਲੈ ਆਉਂਗਾ ਠੀਕ ਤੇ 10 ਕੈਨਾਂ ਚਾਹੀਦੀਆਂ ਨੇ ਉਹ ਕੀ ਕਰਨੀ ਹੈ ਜਿੰਨਾ ਚ ਪਾਣੀ ਭਰ ਭਰ ਕੇ ਪਾਣਾ ਵਿੱਚ ਤੁਸੀਂ ਤੇ 10 ਕੈਨਾਂ ਜ਼ਰੂਰ ਲਿਆਉਣੀਆਂ ਇੱਕੋ ਕਹਿ ਲਿਆ ਉਹਨੇ 10 ਗੇੜੇ ਲਾ ਲਵਾਂਗੇ ਨਹੀਂ ਸ਼ਾਮ ਤੱਕ ਆਹੀ ਕੰਮ ਲੱਗੇ ਰਹਿਣਾ ਨਹੀਂ ਤੇ ਗਾਹਕ ਡਰੈਕਟ ਟੁੱਟੀ ਤੇ ਲੈ ਜਾਵਾਂਗੇ ਫਿਰ ਆਹੋ ਯਾਰ ਇਦਾਂ ਕਰਾਂਗੇ ਨਾ ਜਿਹੜਾ ਕੋਈ ਗਾਹਕ ਆਏਗਾ ਨਾ ਕਿਲੋ ਵਾਲਾ ਉਹਨੂੰ ਕਹਾਂਗੇ ਪਾਈਆ ਦੁੱਧ ਲੈ ਲੈ ਬਾਕੀ ਟੁੱਡੀ ਤੋਂ ਆ ਕੇ ਪਾ ਲੈਣ ਭਾਈ ਉਹਦੇ ਵਾਸਤੇ ਇੱਕ ਫੱਟਾ ਚਾਹੀਦਾ ਵਾ ਟੱਬ ਚਾਹੀਦਾ ਕਹਿਣਾ ਚਾਹੀਦੀਆਂ ਨੇ ਜੇ ਤੇ 50% ਦੇ ਪਾਰਟਨਰ ਬਣਨਾ ਵਾ ਤੇ ਮਿਲ ਕੇ ਇਨਵੈਸਟ ਕਰਨੀ ਪੈਣੀ ਤੁਹਾਨੂੰ ਫੱਟਾ ਕੀ ਕਰਨਾ ਵੀ ਭਾਈ ਗਾਹਕ ਨੂੰ ਆਉਣਾ ਵਾ ਆਰਾਮ ਨਾਲ ਕੰਮ ਸ਼ੁਰੂ ਕਰੋ ਥੋੜਾ ਪਤੀਲਾ ਲਿਆ ਕੰਮ ਸ਼ੁਰੂ ਕਰੀਏ ਉਹ ਪਾਣ ਵਾਲਾ ਜਿਹੜਾ ਹੁੰਦਾ ਕਿਲੋ ਵਾਲਾ ਉਹ ਯਾਰ ਸ਼ਾਪਰ ਮਿਲਦੇ ਕਿਲੋ ਵਾਲਾ ਭਰ ਲਵੇ ਵਿੱਚੋਂ ਉਹ ਜਿਹੜਾ 10-20 ਗ੍ਰਾਮ ਘੱਟ ਹੀ ਹੁੰਦਾ ਵਾ ਉਹ ਪੈਮਾਨਾ ਚਾਹੀਦਾ ਉਹ ਮੇਰੀ ਤਕਦੀਰ ਏ ਉਹ ਮੈਂ ਮਰ ਜਾਵਾਂ ਯਾਰ ਇਸ ਬੰਦੇ ਦੇ ਕੰਮ ਦੇ ਕੇ ਯਾਰ 10-20 ਗ੍ਰਾਮ ਘੱਟ ਵਾਲਾ ਉਹ ਮਰਨਾ ਨਹੀਂ ਭਾਈ 40-50 ਗ੍ਰਾਮ ਵਾਲਾ ਘੱਟ ਵੀ ਮਿਲਦਾ ਵਾ ਠੀਕ ਆ ਫਿਰ ਕੱਲ ਨਾ ਟਾਈਮ ਸਿਰ ਆਉਣਾ ਤੁਸੀਂ ਕੰਮ ਤੇ ਪਹੁੰਚ ਜਾਣਾ ਕਿੰਨੇ ਵਜੇ ਯਾਰ ਨਹਿਰੀ ਪਾਣੀ ਕਿੰਨੇ ਵਜੇ ਨਹਾਉਂਦਾ ਵਾ ਇਹੀ ਕੋਈ 2-3 ਵਜੇ ਆਉਂਦਾ ਵਾ ਬਸ ਠੀਕ ਆ ਨਹਿਰੀ ਪਾਣੀ ਦੇ ਹਿਸਾਬ ਤੇ ਆਈਦਾ ਤੁਸੀਂ ਚਲੋ ਉੱਠੋ ਉੱਠੋ ਅੱਛਾ ਫਰੀਦ ਤੂੰ ਨਾ ਫੱਟਾ ਲੈ ਕੇ ਆ ਹਾਂ ਮੈਂ ਫੱਟਾ ਲੈ ਕੇ ਆਉਣਾ ਤੇ ਤੂੰ ਲਾਸ਼ ਲੈ ਆ ਹੈ ਚਲੋ ਚਲ ਆ ਚਾਹੀਏ ਤੇ ਰੱਬਾ ਸੁਣਿਆ ਸਾਡੇ ਜਿੰਨੇ ਵੀ ਸਾਡੇ ਦੁਸ਼ਮਣ ਨੇ ਉਹਨਾਂ ਨੂੰ ਗਰਕ ਕਰਦੇ ਆਮੀ ਓਏ ਪਾਗਲ ਹੋ ਗਿਆ ਮਾਰਨਾ ਹੀ ਉਹਨੂੰ ਉਹ ਮੈਂ ਉਹਨਾਂ ਦੀ ਗੱਲ ਕਰਨ ਡਿਆ ਜਿਹੜੇ ਸਾਡੇ ਕੰਮ ਨੂੰ ਗਲਤ ਕਹਿੰਦੇ ਆ ਮੈਂ ਕਹਿੰਦਾ ਰੱਬਾ ਸੁਣਿਆ ਜਿਹੜਾ ਬੰਦਾ ਸਾਡੇ ਕੰਮ ਨੂੰ ਕਵੇ ਗੰਦਾ ਕੰਮ ਕਰਨ ਡੇ ਗਲਤ ਕੰਮ ਕਰਨ ਡੇ ਸੁੱਤੇ ਪਏ ਦੀ ਮੰਜੀ ਨੂੰ ਅੱਗ ਲੱਗ ਜੇ ਆਮੀ ਉਹਦੇ ਉੱਤੋਂ ਕੀ ਨੰਗੇ ਉੱਤੋਂ ਚੁੜੇਲਾ ਨੰਗ ਜਾਣ ਮੈਂ ਤੇ ਕਹਿੰਦਾ ਆਹੋ ਉਹਦੇ ਉੱਤੇ ਟ੍ਰਾਂਸਫਾਰਮਰ ਡਿਗੇ ਆਹੋ ਅਸੀਂ ਤੱਕ ਭਾਈ ਸਿੱਧੀ ਸਾਫ ਨੀਅਤ ਕਰਕੇ ਕੰਮ ਕਰਨ ਡੇ ਲਓ ਜੀ ਬਿਸਮਿਲ੍ਲਾ ਕਰੋ ਆਪਾਂ ਸ਼ੁਰੂ ਕਰੀਏ ਆਮੀ ਲਓ ਭਾਜੀ ਦੁੱਧ ਪਾਓ ਵਿੱਚ ਬਿਸਮਿਲ੍ਲਾ ਕਰੋ ਪਾਓ ਦੁੱਧ ਖਾਲਸ ਦੁੱਧ ਪਾਓ ਓਏ ਠਹਿਰੋ ਜ਼ਰਾ ਚਾਹ ਜੋਗਾ ਰੱਖ ਲੈਣਾ ਅੱਛਾ ਚਾਹ ਜੋਗਾ ਬਚਾ ਲਿਓ ਤੇ ਫਿਰ ਕਾਰੋਬਾਰ ਰਹਿਣ ਦਿੰਦੇ ਪਹਿਲੇ ਚਾਹ ਪੀ ਜਾਈਏ ਉਹ ਨਹੀਂ ਪਾਗਲਾ ਸਾਰਾ ਹੀ ਬਚ ਜਾਣਾ ਵੇਖੀ ਯਾਰ ਡੱਬਾ ਚਿੱਟਾ ਮੈਨੂੰ ਨਾ ਚਿੱਟੀ ਮੱਝ ਦਾ ਲੱਗਣ ਡਿਆ ਚੱਲ ਮੱਝਾਂ ਨੂੰ ਤਫੀਕ ਦੇ
ਦੁੱਧ ਦੇਈ ਜਾਣ ਦੇਈ ਜਾਣ ਅਸੀਂ ਵੇਚੀ ਜਾਈਏ ਵੇਚੀ ਜਾਈਏ। ਅੱਛਾ ਹੁਣ ਇਦਾਂ ਕਰ ਗਾਹਕ ਆ ਗਏ ਤੇ ਆਪਾਂ ਕੀ ਕਰਾਂਗੇ ਇਹਨੂੰ ਯਾਰ ਪਾ ਦੇ ਲਵੋ ਚੱਲ ਯਾਰ ਰਸ਼ ਪੈ ਜਾਣਾ ਵਾ ਗਾਹਕਾਂ ਦਾ ਇਹਨੂੰ ਪੂਰਾ ਕਰੀਏ ਦੁੱਧ ਛੇਤੀ ਯਾਰ ਤੇਰੀ ਜ਼ਬਾਨ ਮਾਰ ਪੂਰਾ ਹੀ ਆ ਹੋਰ ਇਹਦੇ ਚ ਕੀ ਹੋਣਾ ਪੂਰਾ ਹੀ ਆ ਦੁੱਧ ਯਾਰ ਮਿੱਠੇ ਉਹ ਯਾਰ ਤੋਕੜ ਪੰਪ ਦਾ ਮੇਰਾ ਖਿਆਲ ਸਹੀ ਆ ਪਾਣੀ ਹੈ ਨਾ ਹਨਾ ਖੋਏ ਮਲਾਈ ਵਾਲਾ ਖੋਏ ਬਦਾਮਾਂ ਵਾਲਾ ਪੇੜੇ ਖੋਏ ਵਾਲਾ ਠੰਡੀ ਖੋਈ ਵਾਲਾ ਦੁੱਧ ਖਾਲਸ ਦੁੱਧ ਉਹ ਦੋ ਗਾ ਆ ਜਾ ਆ ਜਾ ਆ ਜਾ ਭਾਜੀ ਆ ਜਾ ਆ ਚ ਠਹਿਰ ਜਾ ਠਹਿਰ ਜਾ ਸਬਰ ਕਰਨਾ ਹਜੇ 5 ਮਿੰਟ ਸਬਰ ਕਰਨਾ ਯਾਰ ਇਹਦੀ ਚਟਿਆਈ ਨਹੀਂ ਮਰਨ ਦੀ ਇਹ ਕੀ ਗੱਲ ਹੋਈ ਆਹੀ ਤੇ ਨੂਰ ਹੁੰਦਾ ਵਾ ਇਹਨੂੰ ਮਰਨਾ ਹੀ ਨਹੀਂ ਜਿੰਨਾ ਮਰਜ਼ੀ ਪਾ ਲਓ ਮਨ ਤੇ ਨਹਿਰ ਵਾਲ ਵੇਖ ਕੇ ਦੁੱਖ ਹੁੰਦਾ ਦੁੱਧ ਜ਼ਾਇਆ ਹੋਣ ਡਿਆ दो तीन के उत्ते पाउणा ठीक है अब वेखला होर लेवा खालस वाह ठीक है वाह की होया नजर ना ला दी दुध टूटी चोके आया है जल्दी आई इधर ध्यान नाल हुण होया इधर आ दिंदा खुदा रसी नहीं करदे सीधी साफ गल है मेरे तो वड्डे कहिंदे थोड़ा वेच लो पर सुथरा वेच लो उच्ची बोलो यार ਤਾਰ ਅਸੀਂ ਨਹੀਂ ਕਰਦੇ ਤੇ ਵੱਡੇ ਕਹਿੰਦੇ ਨੇ ਥੋੜਾ ਵੇਚ ਲੈ ਸੁਥਰਾ ਵੇਚ ਲੈ ਹਲੋ ਹਲੋ ਭਾਜੀ ਖਾਲਸ ਖਾਲਸ ਲਵੋ ਖਾਲਸ ਦੁੱਧ ਖਾਲਸ ਚੱਲ ਉਹ ਤਾਜ਼ਾ ਉਧਰੋਂ ਪਾ ਕੇ ਦਿਓ ਜੀ ਓਏ ਹੋ ਤਾਜ਼ਾ ਪਾ ਕੇ ਪਾ ਤਾ ਪਾਦਾ ਪਾ ਦੇਣਾ ਬੜੀ ਮੁਸ਼ਕਲ ਪੰਪ ਦੀਆਂ ਲੱਤਾਂ ਬੰਨ ਕੇ ਚੋਇਆ ਪੰਪ ਹੋਰ ਪਾ ਦੇ ਕੀ ਯਾਦ ਕਰੂਗਾ ਚਾਚਾ ਜਾਂਦੀ ਬਾਹਰ ਦੇ ਤੋਹਫੇ ਲੈ ਜਾ ਚਾਚਾ ਸਾਡੇ ਕੋਲੋਂ ਤੇਰੀ ਸਹੀ ਆ ਚਾਚਾ ਦੁੱਧ ਲੈ ਲਾ ਦੁੱਧ ਲੈ ਲਾ ਕੋਈ ਹੋਰ ਆ ਜਾਂਦਾ ਇਸ ਤੋਂ ਪਹਿਲਾਂ ਮੈਂ ਪਾ ਦੇ ਖਾਲਸ ਕਰਦਿਆਂ ਇਹਨੂੰ ਪਾ ਦੇ ਪਾ ਦੇ ਪਾ ਦੇ ਪਾ ਦੇ ਲੈ ਮੈਂ ਭਰ ਲਿਆ ਆ ਫਿਰ ਮੈਂ ਅਗਲਾ ਤੋੜ ਲਿਆਉਣਾ ਮੈਨੂੰ ਪੰਪ ਬੜੀ ਦੇਰ ਬਾਅਦ ਵਸਣ ਦਾ ਆ ਹੈ ਫਰੀਦ ਹਾਂ ਪਾਣੀ ਤੇ ਬੁਲਾਈ ਵੀ ਆਉਂਦੀ ਪਾਣੀ ਖਾਲਸ ਆ ਆਹੋ ਤੇ ਸਹੀ ਤਰ੍ਹਾਂ ਕਰ ਯਾਰ ਆਹ ਸਹੀ ਹੈਗਾ ਵਾ ਇਹਦਾ ਦਹੀਂ ਜਿਹੜਾ ਨਾ ਉਹ ਖਾਲਸ ਬਣਦਾ ਵਾ ਸ਼ਫਾਫ ਦਹੀਂ ਭਾਈ ਤੂੰ ਆ ਮੈਂ ਭਰ ਕੇ ਚੱਲਾ ਵਾ ਤੂੰ ਭਰ ਕੇ ਆ ਜੀ ਆਹੋ ਸਹੀ ਆ ਗਾਹਕ ਜਾਣ ਤੋਂ ਰੋਂਦੇ ਤੂੰ ਇੱਥੇ ਲੈ ਕੇ ਬੈਠਾ ਚੱਲ ਚੱਲ ਮੰਮੀ ਤੇਰੇ ਨਾਲ ਹੀ ਆ ਮੈਂ ਪੈਪੇ ਚੜਾ ਤਾ ਤੂੰ ਭਰ ਕੇ ਮੇਰੇ ਮਗਰੇ ਆ ਜਾ ਓਕੇ ਓਕੇ ਪਹੁੰਚ ਮੈਂ ਆਉਂਦੇ ਆ ਸਸ ਯਾਰ ਰਾਤ ਪੈ ਗਈ ਫਿਰ ਲੋਕਾਂ ਨੇ ਬੋਲਣਾ ਕਿ ਦੁੱਧ ਨਹੀਂ ਮਿਲਿਆ ਮੁੱਕ ਗਿਆ ਤੇ ਸਾਡੇ ਜ਼ਿੰਮੇਵਾਰੀ ਨਹੀਂ ਹੈਗੀ ਕੋਈ ਵੀ ਨਹੀਂ ਘਟ ਗਿਆ ਦੁੱਧ ਲੱਗਦਾ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਭਾਈ ਭਾਜੀ ਦੁੱਧ ਕਿਸ ਤਰ੍ਹਾਂ ਬਾਈ ਦਾ ਬਈ ਤੇਰਾ ਦੁੱਧ ਨਾਲ ਕੀ ਤਲਕ ਆ ਓ ਯਾਰ ਦੁੱਧ ਪੀ ਪੀ ਮੈਂ ਆਪਣਾ ਰੰਗ ਚਿੱਟਾ ਕੀਤਾ ਵਾ ਹੁਣ ਨੈਕਸਟ ਤੂੰ ਚਾਹ ਪੀਣੀ ਆ ਐਡਾ ਚਿੱਟਾ ਵੀ ਚੰਗਾ ਨਹੀਂ ਹੁੰਦਾ ਅੱਛਾ ਜੀ ਇਹ ਰੰਗ ਚਿੱਟਾ ਨਹੀਂ ਆਹੋ ਮਸਲਾ ਕੀ ਹੈ ਤੇਰਾ ਦੁੱਧ ਲੈਣਾ ਦੁੱਧ ਦੁੱਧ ਲੈਣਾ ਦੁੱਧ ਪਰੇ ਹੋ ਗਿਆ ਕੋਲੇ ਹੱਥ ਨਾਲ ਲਾ ਦੇ ਨਹੀਂ ਤੇ ਸਾਰਾ ਹੀ ਤੇਰਾ ਹੋ ਜਾਣਾ ਪਹਿਲਾਂ ਦੱਸ ਤਾਂ ਸਹੀ ਗੜਗੁਲੇ ਆ ਜਾ ਦੁੱਧ ਲਾ ਕੇ ਤੂੰ ਬਹਿ ਕੇ ਰੇਟ ਦੱਸਣ ਡੇ ਆ ਬਦਤਮੀਜ਼ੀ ਨਹੀਂ ਕਰਨੀ ਮੈਂ ਤੈਨੂੰ ਕਹਿਣ ਡਿਆ ਹਾਂ ਟਾਈ ਲਾ ਲਵਾਂ ਤੇਰੇ ਲਈ ਟਾਈ ਤਰੀ ਬਣਦੀ ਨਹੀਂ ਟਾਈ ਉਹ ਰੇਟ ਦੱਸ ਬਾਜ਼ਾਰ ਦੇ ਵਿੱਚ ਮਹਿੰਗਾ ਦੁੱਧ ਵੇਖ ਰਿਹਾ ਇੱਥੇ ਅਸੀਂ ਖਾਲਸ ਆ ਸਾਡੇ ਸਾਹਮਣੇ ਅਸੀਂ ਖਾਲਸ ਹੀ ਯਾਨੀ ਕਿ ਦੁੱਧ ਖਾਲਸ ਆ ਵੇਚਣ ਦੇ ਹੈਗੇ ਹਾਂਜੀ ਖਾਲਸ ਦੁੱਧ ਕੀ ਗਾਰੰਟੀ ਆ ਕਿ ਤੇਰਾ ਦੁੱਧ ਖਾਲਸ ਆ ਤੇਰੀ ਕੋਈ ਵਾਰੰਟੀ ਹੈਗੀ ਆ ਵਾਰੰਟੀ ਦੇ ਹੋ ਜਾਂਦੀ ਆ ਉਹ ਇਲਾ ਦੇ ਆ ਬੰਦਿਆ ਕਿੱਡਾ ਤੇਰਾ ਮਰਤਬਾਨ ਜਿੱਡਾ ਮੂੰਹ ਆ ਤੂੰ ਮੋਬਾਈਲ ਲੈਣ ਜਾਵੇਂ ਉਹਦੀ ਗਾਰੰਟੀ ਮੰਗਦਾ ਕਾਗਜ਼ ਹੁੰਦੇ ਕਿ ਨਹੀਂ ਹੁੰਦੇ ਗਾਰੰਟੀ ਹੁੰਦੇ ਨਾ ਮੈਨੂੰ ਵੀ ਖਾਲਸ ਦੁੱਧ ਦੀ ਗਾਰੰਟੀ ਦੇ ਆਵੇ ਖਾਲਸ ਆਮ ਜਿਹੜਾ ਦੁੱਧ ਹੁੰਦਾ ਜਿਹੜਾ ਜਿਹੜਾ ਬਾਜ਼ਾਰਾਂ 'ਚ ਮੱਲੇ 'ਚ ਵਿਕਦਾ ਉਹ ਐਨੀਵਾ ਕਰਕੇ ਕਰਦੇ ਆ ਆਵੇ ਆਵੇ ਆ ਖਾਲਸ ਖਾਲਸ ਦੁੱਧ ਆ ਇਹ ਖਾਲਸ ਦੁੱਧ ਆ ਇਸ ਤੋਂ ਅੱਛੀ ਕੀ ਵਾਰੰਟੀ ਦੇਈਏ
ਮਰੇ ਮੈਨੂੰ ਤਾਂ ਲੱਗਦਾ ਕਿਸੇ ਦੀ ਟੈਂਕੀ ਚੋ ਕੇ ਰੱਖੀ ਆ ਤੂੰ ਟੈਂਕੀ ਚੋ ਕੇ ਰੱਖੀ ਆ ਓਏ ਹਾ ਕੀ ਕਰਨ ਡਿਆ ਵਿੱਚ ਆ ਹੁਣ ਤੇਰਾ ਲਾਮਾ ਲਾ ਰਹੇ ਆ ਹੋਰ ਇਸ ਤੋਂ ਜ਼ਿਆਦਾ ਖਾਲਸ ਜੇ ਲੈਣਾ ਵਾ ਤੇ ਭਾਈ ਹੋਰ ਕਿਤੋਂ ਲਾਇਆ ਅਸੀਂ ਇੰਨਾ ਕੀ ਖਾਲਸ ਦੇ ਸਕਦੇ ਤਾਜੀ ਕੀ ਖਾਲਸ ਨਹਿਰੀ ਦੁੱਧ ਲੈ ਕੇ ਇੱਕ ਨੰਬਰ ਆ ਵੇਖੋ ਤਰਾ ਐ ਨਾਲੇ ਸਤਾਜੀ ਉਹ ਫਰੀ ਨੂੰ ਸਮਝਾਓ ਮੱਝ ਚੱਲਦੀ ਛੱਡ ਆਇਆ ਸੀਗਾ ਛਾਤੇ ਸਾਰਾ ਦੁੱਧ ਹੀ ਦੁੱਧ ਹੋ ਗਿਆ ਵਾ ਇਹਦੇ ਮੇਰੇ ਨੂੰ ਨਾ ਦੋ ਚਪੇੜਾ ਮਾਰ ਗਿਆ ਬਗੈਰਾ ਮਾਰ ਚਪੇੜਾ ਮਾਰ ਗਿਆ ਬਗੈਰਾ ਗਿਆ ਓ ਯਾਰ ਮੈਨੂੰ ਕੋਈ ਥੋੜਾ ਬਹੁਤਾ ਦੁੱਧ ਨਹੀਂ ਚਾਹੀਦਾ ਮੈਨੂੰ ਕਾਫੀ ਸਾਰਾ ਦੁੱਧ ਚਾਹੀਦਾ ਵਾ ਕਾਫੀ ਸਾਰਾ ਕੀ ਕਰਨਾ ਯਾਰ ਅਸੀਂ ਖਾਂਦੇ ਪੀਂਦੇ ਲੋਕ ਵਾਂ ਅਸੀਂ ਤਾਂ ਸਵੇਰ ਸਵੇਰ ਨਾਸ਼ਤੇ ਦੇ ਟਾਈਮ ਤਿੰਨ ਤਿੰਨ ਗਲਾਸ ਪੀ ਲਈਦੇ ਆ ਆ ਲਾ ਫੜ ਆ ਚੈੱਕ ਕਰ ਲੈ ਟਰਾਈ ਕਰ ਲੈ ਸੈਂਪਲ ਦੇ ਤੌਰ ਤੇ ਸਹੀ ਲੱਗੇ ਤੇ ਪਈ ਆ ਕੇ ਦੁਬਾਰਾ ਲੈ ਜੇ ਕੀ ਹੋਇਆ ਯਾਰ ਅੱਜ ਟੱਕਣ ਵਾਂ ਆ ਤੇਰੀ ਕਿਸਮਤ ਆ ਫਿਰ ਦੁੱਧ ਝੋਟਾ ਕਰ ਨਿਕਲ ਆਇਆ ਅੱਛਾ ਜੀ ਹੋਰ ਵਿੱਚੋਂ ਮੋਟਰਸਾਈਕਲ ਨਿਕਲਦਾ ਲੋਕਾਂ ਦਾ ਕੱਲ ਇੱਕ ਬੰਦੇ ਦੀ ਫ੍ਰਿਜ ਵੀ ਨਿਕਲੀ ਆ ਓ ਯਾਰ ਤੁਸੀਂ ਕਿਹੜਾ ਦੁੱਧ ਵੇਚਣ ਡਏ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਣ ਡਈ ਅੱਛਾ ਯਾਰ ਨਹੀਂ ਹੈਗਾ ਚੱਲ ਸਤਾ ਜੀ ਕੀ ਆ ਸਤਾਜੀ ਉਹ ਜਿਹੜੇ ਮੱਝ ਨਾਲ ਡਬਲ ਇੰਪੈਲਰ ਕਰਾਓ ਤੁਹਾਡੀ ਮਿਹਰਬਾਨੀ ਹੈ ਉਹ ਯਾਰ ਸਤਾਜੀ ਸਾਰੀ ਉਹ ਕਿਸੇ ਨੇ ਵੈਂਡਿੰਗ ਕੀਤੀ ਉਹ ਕਾਪਰ ਦੀ ਵੈਂਡਿੰਗ ਨਹੀਂ ਹੈਗੀ ਮੱਝ ਦੀ ਹਾਂ ਉੱਪਰ ਜਿਹੜੀ ਛੱਤ ਤੇ ਨਹੀਂ ਮੱਝ ਹਾਂ ਉਹ ਸਹੀ ਆ ਫਿਲਟਰ ਵਾਲੀ ਉਹ ਭਾਈ ਦੁੱਧ ਦਾ ਰੇਟ ਦੱਸ ਦਿਓ ਉਹ ਅੱਗੇ ਲਿਖਿਆ ਪੜਿਆ ਨਹੀਂ ਤੂੰ ਉਹ ਯਾਰ ਮੈਂ ਪੜਿਆ ਨਹੀਂ ਹੈਗਾ ਪੜਿਆ ਇਹਨੂੰ ਫਿਰ ਪਹਿਲੇ ਸਕੂਲ ਪਾ ਦਿੰਨੇ ਆ ਆਹੋ ਤੇ ਇਦਾਂ ਕਰ ਲੈ ਵੀ ਤੂੰ ਪੜਿਆ 10 ਮਿੰਟ ਜਾ ਕੇ ਨਾ ਹੈ ਹਾਂ ਤੂੰ ਪੜਿਆ ਫਿਰ 12 ਸਾਲ ਬਾਅਦ ਆ ਕੇ ਦੁੱਧ ਲੈ ਜੀ ਓ ਯਾਰ ਪਤਾ ਕੀ ਤੁਸੀਂ ਲਿਖਿਆ ਵਾ ਉਰਦੂ ਚ ਤੇ ਮੈਨੂੰ ਤਾਂ ਇੰਗਲਿਸ਼ ਆਉਂਦੀ ਆ ਖੁਦਾ ਤੇ ਵੇਖਣ ਡਿਆ ਨਾ ਇੰਗਲਿਸ਼ ਯਾਰ ਵੇਖਦੇ ਸੀ ਦੁੱਧ ਤਾਂ ਤੁਹਾਡਾ ਵਿਕਦਾ ਰਹਿਣਾ ਡੱਬਾ ਤਾਂ ਤੇਰਾ ਨਹਾ ਕੇ ਆਵਾਂ ਮੈਂ ਹਲੋ ਮਾਫੀ ਦੇਵੇ ਓ ਬੇਟੇ ਤੂੰ ਨਹਾ ਲਿਆ ਨਾ ਅਡੋਲੇ ਵਖਾ ਨਾ ਦੇ ਬਹੁਤ ਅੱਛੇ ਮਾਸ਼ਾਅੱਲਾ ਹੁਣ ਡੋਲਾ ਆਇਆ ਵਾ ਨਾ ਨਹਾਣ ਤੋਂ ਬਾਅਦ ਪਿੰਸਲ ਵਰਗਾ ਰਹਿ ਜਾਣਾ ਤੇਰਾ ਸਾਰਾ ਕਿਉਂ ਜਾਣਾ ਨਹੀਂ ਭਾਣ ਮੈਂ ਲਈ ਇੰਨੀ ਲਥਣੀ ਆ ਚੱਲ ਉੱਠ ਚੱਲ ਜਾ ਕੇ ਆਪਣੀ ਮੱਝ ਦੇ ਪੈਪ ਤੇ ਛਾਪਰ ਚੜਾ ਲਈ ਕਰਨ ਦੀ ਸਾਰੀ ਚੱਲ ਨਿਕਲ ਜਾ ਚੱਲ ਉਹ ਮੈਂ ਤੇ ਚੰਗੀ ਭਲੀ ਬੰਨ ਕੇ ਆਇਆ ਸੀ ਉਹ ਮਸਲਾ ਕੀ ਹੈ ਤੈਨੂੰ ਕੀ ਮਸਲਾ ਵਾ ਨਾਲ ਦੇ ਆਪਣੀ ਮੱਝ ਤੋਂ ਨਹੀਂ ਦੁੱਧ ਭਰਨ ਦਿੰਦੇ ਨੇ ਕਿਉਂ ਉਹ ਕਹਿੰਦੇ ਆਪਣੀ ਮੱਝ ਲਵਾਓ ਆਪਣੀ ਮੱਝ ਲਵਾਓ ਦੁੱਧ ਦਾ ਰੇਟ ਦੱਸ ਦਿਓ ਮੈਂ 50 ਰੁਪਏ ਕਿਲੋ ਦੁੱਧ ਵਾ ਤੇ ਨਾਲੇ ਤੂੰ ਕਿੱਥੇ ਲੈਣਾ ਵਾ ਯੂਐਸਬੀ ਚ ਪਾ ਦੇ ਤੁਹਾਡੇ ਕੋਈ ਸ਼ੈ ਨਹੀਂ ਯੂਐਸਬੀ ਪਾ ਦੇ ਦੁੱਧ ਤੂੰ 10 ਜੀਪੀ ਲੈਣਾ ਵਾ ਯਾਰ ਜਿੱਦਾਂ ਦਾ ਤੇਰਾ ਦੁੱਧ ਨਾ ਮੈਨੂੰ ਕੈਨ ਹੀ ਭਰ ਦੇ ਤੂੰ ਕੀ ਕੈਨ ਭਰ ਕੇ ਕਰਨੀ ਆ ਉਹ ਯਾਰ ਉਹੀ ਬੰਦਾ ਗੱਡੀ ਗੁੱਡੀ ਧੋ ਲੈਂਦਾ ਜਾ ਉਹ ਰਸਤਾ ਹੌ ਲੈ ਉਹ ਭਾਈ ਆ ਆਪਣੀ ਮੱਝ ਦਾ ਦੁੱਧ ਨਹੀਂ ਲੱਗਦਾ ਕੀ ਫੈਸਲਾ ਲੈਂਦੀ ਮੱਝ ਦਾ ਸਤਾ ਜੀ ਉਹ ਸਰਕਾਰੀ ਮੱਝ ਦਾ ਲੈਣਾ ਸੀ ਖਾਰਾ ਲੈ ਆਇਆ ਉਹ ਯਾਰ ਮੈਂ ਸਹੀ ਲਿਆਦਾ ਵਾ ਤੈਨੂੰ ਪਤਾ ਨਹੀਂ ਆਪਣੀ ਮੱਝ ਤੈਨੂੰ ਸਾਰਿਆਂ ਨੂੰ ਅੱਗੇ ਰੱਖਣਾ ਤੂੰ ਉਹ ਐਦਾਂ ਕਰ ਹਾਂ 2.5 ਕਿਲੋ ਇੱਕ ਛਾਪਰ ਚ ਕਰ ਦੇ ਠੀਕ ਆ 2.5 ਕਿਲੋ ਦੂਜੇ ਛਾਪਰ ਚ ਕਰ ਦੇ ਉਹ ਗੱਲ ਸੁਣਿਆ ਮੈਂ 5 ਕਿਲੋ ਇੱਕੋ ਛਾਪਰ ਚ ਕਰਨਾ ਲਹਿਦਾ ਲਹਿਦਾ ਨਹੀਂ ਕਰਨਾ ਲਹਿਦਾ ਲਹਿਦਾ ਨਾ ਪਤਾ ਕੀ ਇਤਫਾਕ ਚ ਬਰਕਤ ਆ ਮੈਂ ਕਹਿੰਦਾ ਇਕੱਠੇ ਹੀ ਰਹਿ ਫੜ ਚੱਲ ਚੱਲ ਫਿਰ ਭਾਈ ਹਾਂ ਉਹ ਗੜਗੁੱਲੇ ਆ ਛਾਪਰ ਡਬਲ ਕਰ ਤੈਨੂੰ ਗੜਗੁੱਲਾ ਨਾ ਸਰਾਂ ਦਾ ਉਹ ਤੈਨੂੰ ਕਹਿਣ ਡਿਆ ਵਾ ਅੱਛਾ ਤੇ ਮੈਂ ਸਮਝਾਉਣ ਨੂੰ ਗਿਆ ਛਾਪਰ ਡਬਲ ਕਰ ਯਾਰ ਡਬਲ ਕਰਨਾ ਇਹਨੂੰ ਇੱਕ ਹੋਰ ਛਾਪਰ ਚੜਾ ਇੱਥੇ ਉਹ ਇੱਥੇ ਨਹੀਂ ਆਉਣ ਡਿਆ ਸਾਰੀ ਜ਼ਿੰਦਗੀ ਸੋਹਣੇ ਦੁੱਧ ਪੀਤੇ ਆ ਵਾਕਈ ਆਮ ਆਦਮੀ ਨਹੀਂ ਖਾਸ ਆਦਮੀ ਆ ਕਿਉਂ ਬਗੈਰ ਤਾਂ ਤੇਰੇ ਇਲਾਕੇ ਚ ਕੁੱਕੜੀਆਂ ਦੀ ਟਰਾਲੀ ਸਿੱਟ ਕੇ ਜਾਵੇ ਤੈਨੂੰ ਪਤਾ ਲੱਗੇ ਚੁੱਕਣੀ ਪਵੇ ਤੈਨੂੰ ਖਾਸ ਆਦਮੀ ਆ ਸਾਡੇ ਲਈ ਭਾਜੀ ਇਹ ਇੰਜ ਦੇ ਹੀ ਆ ਦੁੱਧ ਮੈਨੂੰ ਹੁਣ ਇਹ ਦੱਸ ਕਿ ਦੁੱਧ ਤਾਂ ਤੂੰ ਮੈਨੂੰ ਬਹੁਤ ਹੀ ਦੇਤਾ ਸੋਹਣਾ ਕਿੰਨਾ ਪੈਸੇ ਕਿੰਨੇ ਬਣੇ ਇਹਦੇ ਯਾਰ ਪੈਸੇ ਪੂਸੇ ਲੈਣ ਦੇ ਦੁਆ ਕਰਦੀ ਸਾਡੇ ਲਈ ਜਾ ਓ ਨਹੀਂ ਨਹੀਂ ਇਹਦੀ ਕਿਹੜਾ ਦੁਆ ਲੱਗਣੀ ਤੇ ਕੋਈ ਪੈਸੇ ਲੈ ਓਏ ਬੇਵਕੂਫੋ ਤੁਹਾਡੇ ਵਰਗੇ ਨੂੰ ਮੈਂ ਆਪ ਪੈਸੇ ਦਿੰਨਾ ਵਾ ਕੀ ਹੋ ਗਿਆ ਤੁਹਾਨੂੰ ਤੇ ਦੇ ਫਿਰ ਪੈਸੇ ਤੇ ਦੱਸ ਕਿੰਨੇ ਪੈਸੇ ਇਹਦੇ ਕਿੰਨੇ ਦਿਲ ਕਰਦੇ ਕਿੰਨੇ ਹਸਬੇ ਤਫੀਕ ਆ 50 ਦੇ ਹਿਸਾਬ ਨਾਲ ਬਣ ਗਿਆ ਆਪਣਾ 250 ਤੇ ਪਾਣੀ ਦੇ ਹਿਸਾਬ ਨਾਲ 7 ਰੁਪਏ ਓਏ ਪਾਣੀ ਕਿਹੜਾ ਪਾਣੀ ਕਹਿਣ ਦੇ ਅਸਲੀ ਆਵੇ ਆਪਾ ਚਮਚੀ ਸਤਾਦ ਇਹਨੂੰ ਖਾਲਸ ਵਿਖਾ ਭਾਈ ਤਾਂ ਭਾਈ ਤੇ ਸੀਗੀ ਆ ਫੜ ਤਰਾ ਉਰੇ ਆ ਚੈੱਕ ਕਰਾਵਾ ਤੈਨੂੰ ਆ ਚੈੱਕ ਕਰਾ ਸਾਡੀ ਸਾਡੀ ਚਮਚੀ ਨਾ ਕਰਾਇਓ ਕਿਉਂ ਆਪਣੀ ਚਮਚੀ ਲੈ ਕੇ ਆ ਯਾਰ ਨਹੀਂ ਤੇ ਬੁੱਕ ਚ ਪਾ ਦੇ ਉਹਨੂੰ ਦੁੱਧ ਚੈੱਕ ਕਰਨ ਦਾ ਸ਼ੌਕ ਆ ਉਹ ਚਮਚੀ ਜੇਬ ਚ ਰੱਖੀ ਦੀ ਆ ਸਾਡੀ ਚਮਚੀ ਨਾ ਚੈੱਕ ਕਰੋ ਅੱਲਾ ਮਾਫੀ ਦੇਵੇ ਤੁਸੀਂ ਕੋਡ ਚੱਲਿਆ ਤੁਹਾਨੂੰ ਕੀ ਹੋਇਆ ਉਹਨੇ ਅੱਖ ਲਾ ਕੇ ਦੁੱਧ ਫਟ ਗਿਆ ਹੁਣ ਤੋਰ ਫਟੇ ਮੂੰਹ ਮੈਂ ਸਮਝਿਆ ਰੇਟ ਹੋ ਗਿਆ
ਉਹ ਹੁਣ ਮੈਨੂੰ ਵੀ ਦੱਸੋ ਮੈਂ ਪੀਣਾ ਕਿ ਟਾਇਰ ਧੋਣੇ ਹਨ ਕਿਦਾਂ ਦਾ ਤੇਰਾ ਮੂੰਹ ਆ ਨਾ ਟਾਇਰ ਵਾਲਾ ਹੀ ਹਿਸਾਬ ਆ ਟਾਇਰ ਵਾਲਾ ਹਿਸਾਬ ਤੂੰ ਪੈਰ ਧੋ ਲਈ ਇਹਨਾਂ ਪੈਰ ਧੋ ਲਈ ਚੱਲ 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 ਮੇਰਾ ਪੁੱਤਰ ਨਿਕਲ ਜਾ ਚਲੋ ਯਾਰ ਲੈ ਜਾਂਦੇ ਆ ਹੋਰ ਕੁਛ ਨਹੀਂ ਇਹਨਾਂ ਦਾ ਮੂੰਹ ਹੱਥ ਧੋਵਾਂਗੇ ਜਾਂ ਹੋਰ ਕੁਝ ਬਣਾਇਆ ਨਹੀਂ ਧੋਵਾਂਗੇ ਭਾਈ ਇਹ 2 ਕਿਲੋ ਦੁੱਧ ਦਿਓ ਕਾਹਦੇ ਵਾਸਤੇ ਭਾਜੀ ਕੁੱਤੇ ਵਾਸਤੇ ਇੱਥੇ ਪੀਣੇ ਕਿ ਲੈ ਕੇ ਜਾਣੀ ਉਸਤਾਜੀ ਫੈਮਿਲੀ ਵਾਲਾ ਬੰਦਾ ਘਰ ਲੈ ਕੇ ਜਾਊਗਾ ਆਪ ਘਰ ਕੁੱਤਾ ਰੱਖਿਆ ਵਾ ਭਾਜੀ ਮੈਂ ਤਾਂ ਬਾਹਰ ਵੀ ਰੱਖਿਆ ਵਾ ਉਹ ਦਰਵਾਜ਼ੇ ਮੋਰੇ ਉਸਤਾਜੀ ਹਾਂ ਇੱਕ ਛੋਟਾ ਕੰਮ ਤੇ ਕਰੋ ਜਰਾ ਕੀ ਹਾਜ਼ਰਾਤ ਮੇਰੀ ਟਾਕੀ ਕੀ ਲਿਖਾ ਦੇਣਾ ਦੁੱਧ ਨਾਲ ਦਾਗ ਲੱਗ ਗਿਆ ਸੀ ਤੁਹਾਡੇ ਸਾਹਮਣੇ ਕਿ ਤੁਸੀਂ ਜੰਮ ਕੇ ਲਾਇਆ ਦਾਗ ਮੈਨੂੰ ਲੱਗਦਾ ਆ ਲੈ ਯਾਰ ਭਾਜੀ ਦੁੱਧ ਆ ਟੋਮੀ ਨੂੰ ਹੋਣਾ ਮੇਰੇ ਵੱਲੋਂ ਗਿਫਟ ਵਾ ਠੀਕ ਆ ਤੇ ਦੁੱਧ ਆ ਦੁੱਧ ਹੀ ਆ ਇਹ ਦੁੱਧ ਹਾਂ ਉਹਦੇ ਚ ਮੱਛੀ ਤੇ ਕੋਈ ਵੀ ਨਹੀਂ ਹੈਗੀ ਭਾਈ 10 ਘੱਟ ਦੇ ਦੀ ਕੋਲੋਂ ਪਾ ਲਈ ਕਿਹੜਾ ਰੌਲਾ ਭਾਈ ਖਾਲਸ ਦੁੱਧ ਵਾ 50 ਰੁਪਏ 50 ਰੁਪਏ 50 ਰੁਪਏ ਖਾਲਸ ਦੁੱਧ ਭਾਈ ਅਸੀਂ ਮਿਲਾਵਟ ਨਹੀਂ ਕਰਦੇ ਅਸੀਂ ਅੱਛਾ ਕੰਮ ਕਰਦੇ ਆ ਭਾਈ ਜਿੰਨੇ ਪਾਣੀ ਪਾਇਆ ਬੇੜੇ ਕਰ ਖੋਣ ਅੱਲਾ ਕਰਕੇ ਡਿਗੇ ਹੋ ਅੱਛਾ ਤੁਹਾਡੇ ਕੋਲ ਮੱਝ ਕਿਹੜੀ ਨਸਲ ਦੀ ਹੈ ਭਾਜੀ ਆਪਣੇ ਕੋਲ ਇੱਕ ਦੀਆਂ ਮੈਂ ਦੱਸ ਸਾਂ ਸਾਡੇ ਕੋਲ ਕਿੰਨੀਆਂ ਮੱਝਾਂ ਵਾ ਸਾਡੇ ਕੋਲ ਫੈਸਲ ਵਾਲਿਆਂ ਦੇ ਵੀ ਆ ਸਾਡੇ ਕੋਲ ਹੁਣ ਸ਼ਹੀਨ ਵਾਲਿਆਂ ਦੀ ਲਿਆਂਦੀ ਆ ਸਾਡੀ ਮੱਝ 120 ਫੁੱਟ ਤੇ ਦੁੱਧ ਦਿੰਦੀ ਆ ਹਾਂਜੀ ਭਾਜੀ ਆ ਕਹਿੰਦਾ 120 ਫੁੱਟ ਤੇ ਦੁੱਧ ਦਿੰਦੀ ਆ ਕੀ ਕਹਿਣ ਦਾ ਮਤਲਬ ਹੈ ਭਾਜੀ ਹਨਾ ਇਹ ਤਾਂ ਬਕਵਾਸ ਕਰਦੇ ਰਹਿੰਦੇ ਮੈਂ ਕਹਿੰਦਾ ਉਹਨਾਂ ਦੇ ਬੇੜੇ ਘਰਕ ਹੋਣੇ ਆ ਉਹਨਾਂ ਨੂੰ ਵੇਖੀ ਫਾਲਜ ਹੁੰਦਾ ਜਿਹੜਾ ਦੁੱਧ 'ਚ ਪਾਣੀ ਪਾਉਂਦੇ ਆ ਫਾਲਜ ਹੋਣੇ ਉਹਨਾਂ ਨੂੰ ਜਿਹੜੇ ਦੁੱਧ 'ਚ ਪਾਣੀ ਪਾਉਣ ਦੇ ਬੇੜੇ ਘਰਕ ਹੋਣੇ ਆ ਜਿਹੜੇ ਘਰਕ ਹੋਣੇ ਆ ਉਹਨਾਂ ਲੋਕਾਂ ਦੇ ਮਿਲਾਵਟ ਕਰਨ ਵਾਲੇ ਲੋਕ ਵੇਖੀ ਤੂੰ ਜਾਣੇ ਹੀ ਦੋਜ਼ਖ 'ਚ ਆ ਵੇਖੀ ਅੱਛਾ ਅੱਲਾ ਆ ਕੀ ਕੀਤਾ ਮੱਝ ਫਟ ਗਈ ਸੱਚ ਮੱਝ ਫਟ ਗਈ ਓ ਯਾਰ ਦੁੱਧ ਵੀ ਦੁੱਧ ਨਹੀਂ ਕੋਈ ਨਹੀਂ ਸ਼ੌਪਰ ਹੀ ਹੈ ਨਾ ਇੱਕ ਹੋਰ ਭਰ ਲੈਨੇ ਆ ਓ ਹਯਾ ਕਰ ਹਯਾ ਕਰ ਖਾਲਸ ਉਹ ਪੂਰਾ ਹੀ ਆ ਦੇਖ ਕੋ ਹੈ ਫਰਕ ਇਹ ਵੀ ਡੋਲ ਤੇ ਸਾਰਾ ਧੋ ਦੇ ਬੇੜਾ ਧੋ ਦੇ ਸਾਡਾ ਅੱਛਾ ਤੁਸੀਂ ਲੜੋ ਨਾ ਮਾੜੀ ਜੀ ਨਰਮੀ ਤੁਹਾਡੇ ਨਾਲ ਕਰ ਲਈਏ ਤੇ ਸ਼ੋਖ ਹੀ ਹੋ ਜਾਂਦੇ ਹੋ ਤੁਸੀਂ ਅੱਛਾ ਤੁਸੀਂ ਸਾਰਾ ਦੁੱਧ ਮਿੰਦੇ ਦਿਓ ਕਿੰਨਾ ਤੁਹਾਡੇ ਕੋਲ ਕੀ ਕਰਨਾ ਕੀ ਹੈ ਤੂੰ ਸਾਰਾ ਯਾਰ ਮੈਂ ਕੱਪੜੇ ਬਹੁਤ ਗੰਦੇ ਹੋਏ 8-10 ਜੋੜੇ ਮੈਂ ਕਹਿੰਦਾ ਇਹਨਾਂ ਧੋ ਲਵਾਂ ਮੈਂ ਸਫੈਦੀ ਚੰਗੀ ਆਉਂਦੀ ਹੈ ਨਾ ਉਹ ਨਹੀਂ ਉਹ ਭਰਾਵਾ ਸਫੈਦੀ ਚੰਗੀ ਆ ਦੁੱਧ ਵਾ ਸਿਰਫ ਲਾਲਸ ਪੈਣੀ ਆ ਉਹਨਾਂ ਤੇ ਜਿਹੜੇ ਪਾਣੀ ਪਾਉਂਦੇ ਆ ਬਸ ਕਰ ਨਾ ਸ਼ੂਗਰ ਦੇ ਨਾਲ ਲੱਤਾਂ ਵੱਡੀਆਂ ਜਾਣਗੀਆਂ ਜਿਹੜੇ ਪਾਣੀ ਪਾਉਂਦੇ ਆ ਦੁੱਧ 'ਚ ਦੇਖੀ ਤੂੰ ਮੂੰਹ ਡਾਇਨਾਸੌਰ ਵਰਗਾ ਹੋ ਜਾਣਾ ਜਿਹੜੇ ਇਸ ਕੰਮ ਤੇ ਲਾਉਂਦੇ ਆ ਤੁਹਾਡੇ ਕੋਲ 10 ਕਿਲੋ ਵਾਲਾ ਸ਼ਾਪਰ ਹੈਗਾ ਕਿਉਂ ਤੂੰ ਕੀ ਕਰਨਾ ਛੋਟੀਏ ਰਿਉੜੀਏ ਤੂੰ ਕੀ ਕਰਨਾ ਵਾ ਸ਼ਾਪਰ ਇੰਨਾ ਕਿ ਲਾ ਲੈ ਤੂੰ ਕਸਟਮਰ ਨਾਲ ਲੜੀਦਾ ਨਹੀਂ ਹੁੰਦਾ ਕਸਟਮਰ ਨੂੰ ਧਿਆਨ ਨਾਲ ਕਹੀਦਾ ਹੁੰਦਾ ਤੁਹਾਨੂੰ ਤਮੀਜ਼ ਨਹੀਂ ਹੈਗੀ ਤੁਸੀਂ ਕਿਸੇ ਭੁੱਲ 'ਚ ਖਲੋਤੇ ਆ ਕੀ ਭੁੱਲ 'ਚ ਖਲੋਤੇ ਅਸੀਂ ਔਰ ਲੱਡੂ ਟੈਪ ਉਹ ਪੂਰਾ ਟੱਪ ਭਰ ਕੇ ਵਿੱਚ 30 ਰੁਪਏ ਦਾ ਡੱਬਾ ਲੈ ਕੇ ਮਿਕਸ ਕਰਕੇ ਆਵਾਮ ਦੀਆਂ ਜਾਨਾਂ ਨਾਲ ਖੇਲਣ ਦੇ ਆ ਆ ਦੁੱਧ 'ਚ ਬੜਾ 30 ਪਾ ਕੇ ਦੇਣ ਦੇ ਆ ਹੈ ਜਾਨਾਂ ਨਾਲ ਖੇਡਣ ਦੇ ਆ ਜਾਨਾਂ ਨਾਲ ਖੇਡਣ ਜਾਨ ਹੈ ਕਿ ਜੱਟਾ ਤੇਰਾ ਮੈਂ ਲੱਡੂ ਟੈਪ ਇਸ ਕਿਸਮ ਦਾ ਤੈਨੂੰ ਪਾਂਜਾ ਲੱਗਣਾ ਥਾਣੇ ਕਾਹਦਾ ਪਾਂਜਾ ਲੱਗਣਾ ਬੇਟੇ ਤੈਨੂੰ ਪਤਾ ਨਹੀਂ ਮੈਂ ਫੂਡ ਇਨਸਪੈਕਟਰ ਹਾਂ ਤੇ ਮੈਂ ਤੁਹਾਡੀ ਇਹ ਕਾਫੀ ਦੇਰ ਤੋਂ ਮੈਂ ਰੈਕੀ ਕਰ ਰਿਹਾ ਉਸਤਾਜੀ ਮੈਂ ਆਇਆ ਜਰਾ ਮੱਝ ਅੰਦਰ ਕਰ ਆਵਾਂ ਹਾਂ ਨਹੀਂ ਇੱਕ ਮਿੰਟ ਖਲੋ ਯਾਰ ਇੱਕ ਮਿੰਟ ਉਹ ਮੱਝ ਦਾ ਪੈਪ ਖੁੱਲਾ ਰਹਿ ਗਿਆ ਮੈਂ ਆਇਆ 33% ਤੇ ਪਾਰਡਰ ਸੀ ਯਾਰ ਤੂੰ ਰਹਿਣ ਦੇ ਤੂੰ 33 ਤੂੰ ਸਾਰਾ ਰੱਖ ਲੈ ਮੱਝ ਸੜਨਾ ਨਾ ਜਾਏ ਉਦੋਂ ਹੀ ਚੱਲਦੀ ਛੱਡ ਆਇਆ ਮੈਂ ਮੇਰੇ ਤੋਂ ਪਹਿਲੇ ਇੱਥੇ ਮੇਰਾ ਵੱਡਾ ਅਫਸਰ ਹੋ ਕੇ ਗਿਆ ਤੇ ਉਹਨੇ ਜਾ ਕੇ ਕੰਪਲੇਨ ਕੀਤੀ ਉਹ ਜਿਹੜਾ ਕਾਲਾ ਜਿਹਾ ਸੀਗਾ ਹਾਂਜੀ ਉਹਨੇ ਦੁੱਧ ਪੀਤਾ ਉਹਨੂੰ ਫਲਵੈਰੀ ਹੋ ਗਈ ਉਹ ਅੰਦਰੋਂ ਅੰਦਰ ਖੁਸ਼ ਫਿਰਨ ਡਿਆ ਵੈਸੇ ਉਹ ਪਤਾ ਕੀ ਗੱਲ ਭਾਜੀ ਘਰ ਦੀਆਂ ਬੜੀਆਂ ਮਜਬੂਰੀਆਂ ਨੇ ਰਾਸ਼ਨ ਪੂਰੇ ਨਹੀਂ ਹੋਣ ਦੇ ਬੱਚਿਆਂ ਦੀਆਂ ਫੀਸਾਂ ਪੂਰੀਆਂ ਨਹੀਂ ਹੋਣ ਡੀਆਂ ਮਹਿੰਗਾਈ ਨੇ ਗਰੀਬ ਮਾਰ ਦਿੱਤਾ ਲੇਕਿਨ ਅਸੀਂ ਸੋਚਿਆ ਕਿ ਅਸੀਂ ਗੁਰਬਤ ਮਾਰਨੀ ਹੈ ਭਾਵੇਂ ਜਿੰਨਾ ਮਰਜ਼ੀ ਦੁੱਧ ਲੱਗ ਜਾਏ ਅਸੀਂ ਗੁਰਬਤ ਮਾਰਨੀ ਹੈ ਉਹ ਤੂੰ ਮੈਨੂੰ ਇਹ ਦੱਸ ਮੈਂ ਜਿਹੜਾ 2 ਨੰਬਰ ਦੁੱਧ ਆ ਤੂੰ ਆਪਣੇ ਬੱਚਿਆਂ ਨੂੰ ਪਿਲਾ ਸਕਦਾ ਘਰ ਉਹਨਾਂ ਦੀਆਂ ਜਾਨਾਂ ਨਾਲ ਖੇਡ ਸਕਦਾ ਨਹੀਂ ਨਹੀਂ 2 ਨੰਬਰ ਤਾਂ ਨਹੀਂ ਭਾਜੀ ਇਹ 102 ਨੰਬਰ ਔਰ ਜ਼ੇਨ ਚ ਰੱਖ ਕਿ ਤੂੰ ਕਿਸੇ ਲਈ ਅੱਜ ਗੜਾ ਖੋਦਣ ਡਿਆ ਤੂੰ ਆਪਣੇ ਲਈ ਤਿਆਰ ਕਰ ਰਿਹਾ ਇਹਦੇ ਚ ਕੱਲ ਨੂੰ ਤੂੰ ਡਿਗਣਾ ਤਾਂ ਲੋਕਾਂ ਨੇ ਕਹਿਣਾ ਗੰਦ ਨਾ ਭਰ ਗਿਆ ਔਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਤੂੰ ਕਿੱਡਾ ਵੱਡਾ ਹੋ ਗਿਆ ਤੂੰ ਅੱਜ ਤੱਕ ਪੜਿਆ ਨਹੀਂ ਹੈ ਕਿ ਮਿਲਾਵਟ ਕਰਨ ਵਾਲਾ ਹਮੇ ਸੇ ਨਹੀਂ ਔਰ ਸ਼ਰਮ ਕਰ ਲਓ ਤੁਸੀਂ ਆਪਣੇ ਚੰਦ ਰੁਪਈਆਂ ਦੀ ਖਾਤਰ ਲੋਕਾਂ ਦੀਆਂ ਜਾਨਾਂ ਨਾਲ ਖੇਲਦੇ ਬਸ ਕਰ ਦਿਓ ਸਾਹਿਬ ਜੀ ਬਸ ਕਰ ਦਿਓ ਮੈਂ ਤੇ ਰੋਟੀ ਖਾਣ ਡਿਆ ਬਸ ਕਰ ਦਿਓ ਅੱਜ ਤੁਸੀਂ ਗੱਲਾਂ ਕਰਕੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ ਮੈਂ ਕੀ ਸੁਰਮਾ ਪਾਤਾ ਤੇਰੀਆਂ ਅੱਖਾਂ ਮੈਂ ਅੱਜ ਤੋਂ ਬਾਅਦ ਇਹ ਸੱਚੇ ਦਿਲ ਨਾਲ ਵਾਅਦਾ ਕਰਦਾ ਵਾਂ ਕਿ ਅੱਜ ਤੋਂ ਬਾਅਦ ਮੈਂ ਦੁੱਧ ਨਹੀਂ ਵੇਚਾਂਗਾ ਉਹ ਤੈਨੂੰ ਸ਼ਰਮ ਨਹੀਂ ਆਈ ਤੂੰ ਆ ਪੈਸੇ ਦੀ ਖਾਤਰ ਲੋਕਾਂ ਦੀਆਂ ਜਾਨਾਂ ਨਾਲ ਖੇਡਦਾ ਰਿਹਾ ਤੂੰ ਦੱਸ ਇਹ ਪੈਸਾ ਤੇਰੇ ਕਿਆਮਤ ਵਾਲੇ ਦਿਨ ਕੰਮ ਆਏਗਾ ਇਹ ਕਬਰ 'ਚ ਕੰਮ ਆਏਗਾ ਤੇਰੇ ਜੇ ਇਸ ਪੈਸੇ ਨੂੰ ਤੂੰ ਆਪਣੀ ਬਖਸ਼ਿਸ਼ ਕਰਵਾ ਸਕਦਾ ਤੇ ਬਹੁਤ ਸਾਰੇ ਪੈਸੇ ਤੈਨੂੰ ਲੱਭ ਜਾਣਗੇ ਇਹ ਪੁੱਠੇ ਕੰਮ ਛੱਡ ਦੇ ਲੇਕਿਨ ਤੇਰੀ ਗੱਲ ਬਹੁਤ ਦੂਰ ਤੱਕ ਚਲੀ ਗਈ ਹੈ ਤੇ ਤੈਨੂੰ ਤੇਰੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ ਚੱਲ ਮੇਰੇ ਨਾਲ ਥਾਣੇ ਭਾਜੀ ਵਿੱਚ ਮੈਂ ਅਲਾ ਰੋਡ ਵੀ ਪਾ ਕੇ ਖਾਲਸ ਕਰ ਲਊਗਾ।